ਲੈਟਸ ਟਾਕ ਤੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਹ ਸਿਹਤਮੰਦ ਰਹੇ, ਪਰ ਅੱਜ ਦੇ ਇਸ ਫਾਸਟ ਪੇਸ ਯੁੱਗ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਕਿ ਅਸੀਂ ਮਾਨਸਿਕ ਤੌਰ 'ਤੇ ਅਤੇ ਸਰੀਰਕ ਤੌਰ 'ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਾਂ। ਇਸ ਵਾਸਤੇ ਜਿੱਥੇ ਐਲੋਪੈਥੀ ਦਾ ਉਪਯੋਗ ਕੀਤਾ ਜਾਂਦਾ ਹੈ, ਪਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਹੋਲਿਸਟਿਕ ਮੈਡੀਸਨ ਵਾਲੇ ਪਾਸੇ ਜਾ ਰਹੇ ਹਨ। ਇਸੀ ਨੂੰ ਮੁੱਖ ਰੱਖ ਕੇ ਅਸੀਂ ਇੱਕ ਸੀਰੀਜ਼ ਸ਼ੁਰੂ ਕਰਨ ਜਾ ਰਹੇ, ਜਿਸ ਵਿੱਚ ਕਿ ਮੇਰਾ ਸਾਥ ਦਿਆ ਕਰਨਗੇ ਇੱਕ ਨਾਮਵਰ ਹੋਲਿਸਟਿਕ ਹੀਲਰ ਨੋਨਾ ਖੰਨਾ ਜੀ। ਗੱਲਬਾਤ ਕਰਾਂਗੇ ਕਿ ਮਾਈਂਡ ਬਾਡੀ ਸੋਲ ਦਾ ਕੀ ਕੋਨਸੈਪਟ ਹੈ, ਕਿਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਸਿਹਤਮੰਦ ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ ਅਤੇ ਅਧਿਆਤਮਕ ਤਲ 'ਤੇ ਵੀ ਠੀਕ ਰੱਖ ਸਕਦੇ ਹਾਂ। ਸਵਾਗਤ ਕਰਦੇ ਹਾਂ ਨੋਨਾ ਖੰਨਾ ਦਾ। ਵੈਲਕਮ ਟੂ ਦ ਪ੍ਰੋਗਰਾਮ ਜੀ। ਥੈਂਕ ਯੂ ਹਰਪ੍ਰੀਤ ਜੀ। ਥੈਂਕ ਯੂ। ਸੋ ਜਦੋਂ ਗੱਲ ਕਰੀਦੀ ਹੈ ਜੀ ਕਿ ਅੱਜ ਫਾਸਟ ਲਾਈਫ ਹੋ ਗਈ, ਹਰ ਕੋਈ ਵਿਅਕਤੀ ਨਾਲ ਦੌੜ ਦੇ ਵਿੱਚ ਹੈਗਾ, ਪਰ ਉਹਦੇ ਨਾਲ ਨਾਲ ਅਸੀਂ ਇਹ ਵੇਖ ਰਹੇ ਹਾਂ ਕਿ ਸਿਹਤ ਪੱਖੋਂ, ਮਾਨਸਿਕ ਪੱਖੋਂ, ਮਾਨਸਿਕ ਤੌਰ 'ਤੇ ਅਸੀਂ ਪਿੱਛੇ ਨੂੰ ਜਾ ਰਹੇ ਗਿਆ। ਇਹ ਭਾਵੇਂ ਇੰਡੀਆ ਹੋਵੇ ਅਤੇ ਭਾਵੇਂ ਹੋਏ ਇਹ ਕੈਨੇਡਾ ਹੋਵੇ, ਤੁਸੀਂ ਦਿੱਲੀ ਨੂੰ ਬਿਲੋਂਗ ਕਰਦੇ ਹੋ, ਉੱਥੋਂ ਤੁਸੀਂ ਆਏ ਹੋ ਇੱਥੇ, ਥੋੜ੍ਹਾ ਜਿਹਾ ਜਦੋਂ ਕੰਪੈਰੀਜ਼ਨ ਕਰ ਰਹੇ ਹਾਂ, ਥੋੜ੍ਹਾ ਜਿਹਾ ਸਾਨੂੰ ਦੱਸੋ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਉੱਥੋਂ ਦੀ ਲਾਈਫ ਬਾਰੇ, ਅਤੇ ਇੱਥੇ ਵੀ ਤੁਸੀਂ ਰਹਿ ਕੇ ਹੁਣ ਕੈਨੇਡਾ 'ਚ ਦੇਖ ਰਹੇ ਹੋ, ਕੀ ਚੱਲ ਰਿਹਾ ਹੈ? ਹਰਪ੍ਰੀਤ ਜੀ, ਲਾਈਫ ਭਾਵੇਂ ਕੈਨੇਡਾ 'ਚ ਹੈ ਭਾਵੇਂ ਇੰਡੀਆ 'ਚ, ਇਟ ਇਜ਼ ਆਲ ਸਟ੍ਰੈਸਫੁਲ। ਅੱਜ ਕੱਲ੍ਹ ਆਈ ਫੀਲ ਕੰਪੀਟੀਸ਼ਨ ਇੰਨਾ ਜ਼ਿਆਦਾ ਹੋ ਗਿਆ ਅਤੇ ਅਸੀਂ ਮੈਟੀਰੀਅਲਿਸਟਿਕ ਚੀਜ਼ਾਂ ਵੱਲ ਇੰਨਾ ਕੁ ਦੌੜਦੇ ਪਏ ਹਾਂ ਕਿ ਵੀ ਡੋਂਟ ਹੈਵ ਟਾਈਮ ਫੋਰ ਆਰਸੈਲਵਸ। ਅਸੀਂ ਆਪਣੇ ਆਪ ਨੂੰ ਫਿਜ਼ੀਕਲੀ ਤਾਂ ਠੀਕ ਕਰ ਲੈਂਦੇ ਹਾਂ ਦਵਾਈਆਂ ਖਾ ਕੇ, ਬਟ ਇਮੋਸ਼ਨਲੀ ਅਤੇ ਸਪਿਰਿਚੁਅਲੀ ਵੀ ਲੈਕ ਬਿਹਾਈਂਡ। ਰਾਈਟ। ਆਈ ਫੀਲ ਦੈਟ ਇਜ਼ ਦ ਰੀਜ਼ਨ ਕਿ ਅੱਜ ਕੱਲ੍ਹ ਬਿਮਾਰੀਆਂ ਜ਼ਿਆਦਾ ਵੱਧਦੀਆਂ ਜਾ ਰਹੀਆਂ ਨੇ। ਇਹ ਦੱਸੋ ਕਿ ਆਮ ਤੌਰ 'ਤੇ ਜਿਹੜਾ ਕਿਹਾ ਜਾਂਦਾ ਮਾਇੰਡ ਬਾਡੀ ਸੋਲ ਦਾ ਇਹ ਕੰਬੀਨੇਸ਼ਨ ਹੈਗਾ, ਇਹਦੇ ਸੰਬੰਧ ਵਿੱਚ ਤੁਸੀਂ ਦੱਸੋ ਐਜ਼ ਅ ਹੋਲਿਸਟਿਕ ਹੀਲਰ ਇਹ ਕਿੰਨਾ ਕੁ ਸੰਬੰਧ ਹੈਗਾ ਇਹਦਾ? ਇਹ ਸਮਝਣ ਤੋਂ ਪਹਿਲਾਂ ਵੀ ਹੈਵ ਟੂ ਨੋ ਕਿ ਮਾਇੰਡ ਕੀ ਹੈ, ਬਾਡੀ ਕੀ ਹੈ ਅਤੇ ਸੋਲ ਕੀ ਹੈ। ਜੇ ਅਸੀਂ ਮਾਇੰਡ ਨੂੰ ਡਿਫਾਈਨ ਕਰੀਏ ਤਾਂ ਸਾਡੇ ਥੋਟਸ, ਸਾਡੀਆਂ ਫੀਲਿੰਗਸ ਟੁਗੈਦਰ ਦੇ ਕੰਬਾਈਨ ਦ ਮਾਇੰਡ। ਰਾਈਟ। ਹੁਣ ਕਈ ਲੋਕ ਸੋਚਦੇ ਨੇ ਕਿ ਮਾਇੰਡ ਜਿਹੜਾ ਹੈ ਇਟ ਇਜ਼ ਆਰ ਬ੍ਰੇਨ ਓਨਲੀ, ਰਾਈਟ, ਲਾਈਕ, ਬਟ ਇਟ ਇਜ਼ ਨੋਟ ਅ ਬ੍ਰੇਨ, ਦੇਰ ਇਜ਼ ਅ ਡਿਫਰੈਂਸ। ਕਈ ਲੋਕ ਸੋਚਦੇ ਨੇ ਮਾਇੰਡ ਇਜ਼ ਅ ਬਾਡੀ ਪਾਰਟ, ਇਟ ਇਜ਼ ਨੋਟ ਅ ਬਾਡੀ ਪਾਰਟ ਆਲਸੋ। ਬ੍ਰੇਨ ਨੂੰ ਤੁਸੀਂ ਦੇਖ ਸਕਦੇ ਹੋ ਥਰੂ ਐਕਸਰੇ, ਥਰੂ ਸਕੈਨ ਔਰ ਵਟ ਐਵਰ, ਬਾਡੀ ਪਾਰਟਸ ਨੂੰ ਤੁਸੀਂ ਦੇਖ ਸਕਦੇ ਹੋ, ਬਟ ਮਾਇੰਡ ਇਜ਼ ਇਨਵਿਜ਼ੀਬਲ, ਰਾਈਟ, ਤੁਸੀਂ ਮਾਇੰਡ ਨੂੰ ਨਹੀਂ ਦੇਖ ਸਕਦੇ। ਐਂਡ ਇਫ ਵੀ ਟਾਕ ਅਬਾਊਟ ਬੁੱਧਿਸਟ ਸਕ੍ਰਿਪਚਰਸ, ਤਾਂ ਬੁੱਧਿਸਟ ਸਕ੍ਰਿਪਚਰਸ 'ਚ ਲਿਖਿਆ ਗਿਆ ਕਿ ਸਾਡੀ ਬਾਡੀ ਜਿਹੜੀ ਹੈ ਇਟ ਇਜ਼ ਅ ਗੈਸਟ ਹਾਊਸ, ਠੀਕ, ਐਂਡ ਮਾਇੰਡ ਇਜ਼ ਅ ਗੈਸਟ ਵਿਚ ਸਟੇਜ਼ ਇਨ ਇਟ। ਰਾਈਟ। ਸੋ ਵੈਨ ਵੀ ਡਾਈ ਤਾਂ ਸਾਡੀ ਬਾਡੀ ਤਾਂ ਪੈਰਿਸ਼ ਹੋ ਜਾਂਦੀ ਹੈ ਅਤੇ ਗੈਸਟ ਹਾਊਸ ਨਹੀਂ ਰਿਹਾ, ਬਟ ਗੈਸਟ ਸ਼ਿਫਟਸ ਟੂ ਦੀ ਅਦਰ ਬਾਡੀ। ਰਾਈਟ। ਸਿਮਿਲਰਲੀ ਇਫ ਯੂ ਟਾਕ ਅਬਾਊਟ ਬਾਡੀ, ਜੇ ਅਸੀਂ ਬੱਚੇ ਨੂੰ ਸਮਝਾਉਣਾ ਤਾਂ ਵੀ ਸੇ ਬਾਡੀ ਇਜ਼ ਬਲੱਡ, ਬੋਨਸ, ਰਾਈਟ, ਸਕਿਨ। ਜੇ ਅਸੀਂ ਟੈਕਨੀਕਲ ਟਰਮ 'ਚ ਕਹੀਏ, ਆਰ ਬਾਡੀ ਇਜ਼ ਜਸਟ ਸਮਥਿੰਗ ਵਿਚ ਗਿਵਸ ਅਸ ਫੋਰਮਸ, ਜਿਹੜੀ ਸਾਨੂੰ ਇੱਕ ਸ਼ੇਪ ਦਿੰਦੀ ਹੈ, ਜਾਂ ਸਾਡੀ ਸੋਲ ਨੂੰ, ਮਾਇੰਡ ਨੂੰ ਕਵਰ ਕਰਦੀ ਹੈ। ਬਟ ਅਦਰਵਾਈਜ਼ ਜੇ ਅਸੀਂ ਸਾਡੀ ਬਾਡੀ ਦੀ ਫੀਲਡ ਦੀ ਗੱਲ ਕਰੀਏ, ਤੇ ਵੀ ਹੈਵ 7 ਬਾਡੀਜ਼ ਔਰ 7 ਲੇਅਰਸ, ਓਕੇ, ਵਿਚ ਆਰ 3 ਆਰ ਫਿਜ਼ੀਕਲ ਬਾਡੀਜ਼, 3 ਅਸੀਂ ਕਹਿੰਦੇ ਹਾਂ ਸਾਡੀ ਸਪਿਰਿਚੁਅਲ ਬਾਡੀਜ਼ ਹੁੰਦੀਆਂ ਨੇ, ਤੇ 1 ਐਸਟਰਲ ਬਾਡੀ ਹੁੰਦੀ ਹੈ। ਅੱਛਾ ਜੀ। ਤੇ ਇਹਨਾਂ ਲੇਅਰਸ ਦਾ ਵੀ ਆਪਸ 'ਚ ਬਹੁਤ ਕਨੈਕਸ਼ਨ ਹੈ। ਟੂ ਅੰਡਰਸਟੈਂਡ ਸੋਲ, ਸੋਲ ਇਜ਼ ਆਰ ਸਬਕੋਨਸ਼ੀਅਸ ਮਾਇੰਡ, ਵੀ ਕੈਨੋਟ ਸੀ ਸੋਲ, ਅਸੀਂ ਕਹੀਏ ਇਟ ਇਜ਼ ਦ ਐਸੈਂਸ ਆਫ ਆਰ ਬੀਂਗ, ਸਾਡੇ ਥੋਟਸ, ਸਾਡਾ ਐਟੀਟਿਊਡ, ਸਾਡੀ ਸਪਿਰਿਚੁਅਲਿਟੀ, ਅਸੀਂ ਕੀ ਸੋਚਦੇ ਹਾਂ, ਕੀ ਕਰਦੇ ਹਾਂ, ਦੈਟ ਆਲ ਫੋਰਮਸ ਦ ਸੋਲ। ਰਾਈਟ। ਐਂਡ ਆਲ ਦੀਸ 3 ਆਰ ਰਿਲੇਟਡ ਟੂ ਈਚ ਅਦਰ, ਯੈਸ, ਦੇ ਆਰ ਇੰਟੀਗ੍ਰੇਟਡ। ਪਰ ਹੁਣ ਸਵਾਲ ਇਹ ਆਉਂਦਾ ਜੀ ਕਿ ਮਾਇੰਡ ਅਤੇ ਸੋਲ ਜਿਹੜੀ ਹੈ ਤਾਂ ਨਜ਼ਰ ਨਹੀਂ ਆਉਂਦੀ, ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ, ਅਤੇ ਇਹ ਇੱਕ ਇੰਟਰਕਨੈਕਸ਼ਨ ਕਿਵੇਂ ਹੋ ਗਿਆ, ਕਿਹੜੀ ਚੀਜ਼ ਕਿਸ ਨੂੰ ਡਰਾਈਵ ਕਰ ਰਹੀ ਹੈ? ਕਿਉਂਕਿ ਆਮ ਤੌਰ 'ਤੇ ਕਹਿੰਦੇ ਜੀ ਤਾਂ ਮਨ 'ਤੇ ਕੰਟਰੋਲ ਕਰੋ ਤੁਸੀਂ, ਅਤੇ ਮਨ ਤੁਹਾਨੂੰ ਨਾ ਕੰਟਰੋਲ ਕਰੇ, ਤੁਸੀਂ ਮਨ ਨੂੰ ਕੰਟਰੋਲ ਕਰੋ, ਇਹ ਕਿਹਾ ਜਾਂਦਾ ਹੈ। ਸੋ ਇਹ ਕਿਵੇਂ ਇੰਟਰਕਨੈਕਸ਼ਨ ਹੈਗਾ? ਆਈ ਐਮ ਟਾਕਿੰਗ ਫਰੋਮ ਯੋਰ ਹੋਲਿਸਟਿਕ ਵਿਊ ਪੁਆਇੰਟ ਜਿਹੜੀ ਹੈਗੀ। ਓਕੇ। ਦੇਖੋ, ਪਹਿਲਾਂ ਤਾਂ ਇੰਨੀ ਅਵੇਅਰਨੈਸ ਨਹੀਂ ਸੀ ਜੀ। ਜਨਰਲੀ ਅਸੀਂ ਵੀ ਯੂਜ਼ ਟੂ ਕੰਸੀਡਰ ਕਿ ਫਿਜ਼ੀਕਲੀ ਅਸੀਂ ਠੀਕ ਹੋ ਗਏ ਅਤੇ ਠੀਕ ਹੋ ਗਏ। ਅੱਜ ਕੱਲ੍ਹ ਆਈ ਫੀਲ ਕਿ ਅਵੇਅਰਨੈਸ ਬਹੁਤ ਜ਼ਿਆਦਾ ਹੋ ਗਈ ਹੈ। ਅੱਜ ਕੱਲ੍ਹ ਮਾਇੰਡ ਬਾਡੀ ਸੋਲ ਕਨੈਕਸ਼ਨ ਨੂੰ ਕਾਫੀ ਜ਼ਿਆਦਾ ਇੰਪੋਰਟੈਂਸ ਦਿੱਤੀ ਜਾ ਰਹੀ ਹੈ। ਅਤੇ ਇਫ ਯੂ ਸੇ ਕਿ ਕੀ ਕਨੈਕਸ਼ਨ ਹੈਗਾ, ਤਾਂ ਦੇ ਆਰ ਮੈਨੀ ਕੁਐਸਚਨਸ। ਪਹਿਲਾਂ ਤਾਂ ਕਿ ਇਹ ਕਨੈਕਸ਼ਨ ਕਿੱਥੇ ਹੈ, ਵੇਅਰ ਡੂ ਯੂ ਫਾਈਂਡ ਇਟ, ਦੈਨ ਹਾਊ ਡਜ਼ ਇਟ ਹੈਪਨ, ਅਤੇ ਕੀ ਰੱਬ ਨੂੰ ਮੰਨਣਾ ਬਹੁਤ ਜ਼ਰੂਰੀ ਹੈ ਟੂ ਅੰਡਰਸਟੈਂਡ ਮਾਇੰਡ ਬਾਡੀ ਸੋਲ ਕਨੈਕਸ਼ਨ? ਇੱਕ ਲੇਮੈਨ ਜਾਂ ਇੱਕ ਨੈਚੁਰਲ ਕੋਈ ਵੀ ਆ ਕੇ ਮੈਨੂੰ ਇਹੀ ਕੁਐਸਚਨਸ ਕਰਦਾ ਹੈ। ਰਾਈਟ। ਬਟ ਚੰਗੀ ਗੱਲ ਇਹ ਹੈ ਕਿ ਮਾਇੰਡ ਬਾਡੀ ਸੋਲ ਕਨੈਕਸ਼ਨ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਜਿਹੜੀ ਤੁਸੀਂ ਬਾਹਰ ਜਾ ਕੇ ਖਰੀਦ ਸਕੋ, ਇਟ ਇਜ਼ ਵਿਦ ਇਨ ਅਸ।
ਇਟ ਇਜ਼ ਜਸਟ ਕਿ ਅਸੀਂ ਉਹਦੇ ਬਾਰੇ ਅਵੇਅਰ ਨਹੀਂ ਹੈਗੇ। ਠੀਕ ਹੈ। ਸਿਮਿਲਰਲੀ ਜੇ ਅਸੀਂ ਗੱਲ ਕਰੀਏ ਕਿ ਵੀ ਨੋ ਵਾਟ ਆਰ ਬੋਡੀਜ਼ ਬਟ ਵੀ ਆਰ ਨੋਟ ਅਵੇਅਰ ਆਫ ਇਟ। ਅਵੇਅਰ ਅਸੀਂ ਤਦ ਹੁੰਦੇ ਹਾਂ ਜਦ ਅਸੀਂ ਬਿਮਾਰ ਪੈ ਗਏ, ਵੀ ਆਰ ਇਲ, ਵੀ ਆਰ ਹੈਵਿੰਗ ਸਮ ਪੇਨ, ਐਟ ਦੈਟ ਟਾਈਮ ਵੀ ਬਿਕਮ ਅਵੇਅਰ ਦੈਟ ਯੈਸ ਵੀ ਆਰ ਅ ਬੋਡੀ ਆਲਸੋ, ਅਦਰਵਾਈਜ਼ ਵੀ ਡੋਂਟ ਫਾਈਂਡ ਐਨੀ ਕਨੈਕਸ਼ਨ। ਐਂਡ ਦ ਕਨੈਕਸ਼ਨ ਬਿਟਵੀਨ ਬੋਡੀ, ਮਾਈਂਡ, ਸੋਲ, ਵੀ ਸੇ ਇਟ ਇਜ਼ ਇਨਵਿਜ਼ਿਬਲ। ਇਟ ਇਜ਼ ਅ ਕਾਇੰਡ ਆਫ ਇਨਵਿਜ਼ਿਬਲ ਕਮਿਊਨੀਕੇਸ਼ਨ ਵਿਚ ਟੇਕਸ ਪਲੇਸ ਬਿਟਵੀਨ ਆਲ ਦ ਥਰੀ। ਆਪ ਤਬ ਤੱਕ ਨਹੀਂ ਸਮਝਦੇ ਜਬ ਤੱਕ ਯੂ ਡੋਂਟ ਫਾਲ ਇਲ। ਐਵਰੀ ਥਿੰਕ ਦੈਟ ਵੀ ਥਿੰਕ ਇਨ ਆਰ ਮਾਇੰਡ ਅਫੈਕਟਸ ਆਰ ਬੋਡੀ, ਵਿਚ ਇਨ ਟਰਨ ਅਫੈਕਟਸ ਆਰ ਸੋਲ। ਸਪੋਜ਼ਿਡਲੀ ਅ ਪਰਸਨ ਜਿਹੜਾ ਕਿ ਹਮੇਸ਼ਾ ਨੈਗੇਟਿਵ ਰਹੇਗਾ, ਨੈਗੇਟਿਵ ਮਾਇੰਡ ਸੈਟ 'ਚ ਰਹੇਗਾ, ਉਹਦੀ ਬੋਡੀ ਹਮੇਸ਼ਾ ਨੈਗੇਟਿਵ ਅਤੇ ਹੈਵੀ ਰਹੇਗੀ। ਹੀ ਇਜ਼ ਮੋਰ ਪ੍ਰੋਨ ਟੂ ਹਾਰਟ ਡਿਜ਼ੀਜ਼ਸ, ਅਤੇ ਉਹ ਇਨ ਟਰਨ ਜਿਹੜਾ ਸਟ੍ਰੈਸ ਹੈ ਉਹਦੀ ਸੋਲ ਨੂੰ ਵੀ ਇਫੈਕਟ ਕਰੇਗਾ। ਸਿਮਿਲਰਲੀ ਪੋਜ਼ਿਟਿਵ ਬੰਦਾ ਪੋਜ਼ਿਟਿਵ ਥੋਟਸ ਕ੍ਰੀਏਟ ਕਰੇਗਾ, ਉਹਦੀ ਬੋਡੀ ਪੋਜ਼ਿਟਿਵ ਰਹੇਗੀ ਅਤੇ ਉਹਦੀ ਸੋਲ ਵੀ ਪੋਜ਼ਿਟਿਵ ਰਹੇਗੀ, ਅਤੇ ਹੀ ਵਿਲ ਹੈਵ ਅ ਹੈਲਦੀ ਲਾਈਫ। ਤੋ ਐਜ਼ ਵੀ ਸੇ ਕਿ ਹੈਪੀ ਥੋਟਸ ਇਨ ਮਾਇੰਡ ਕ੍ਰੀਏਟ ਹੈਪੀ ਬਾਇਓ ਕੈਮਿਸਟਰੀ, ਹੈਪੀ ਬਾਇਓ ਕੈਮਿਸਟਰੀ ਜਿਹੜੀ ਹੈ ਕ੍ਰੀਏਟਸ ਹੈਪੀ ਬੋਡੀ, ਐਂਡ ਹੈਪੀ ਬੋਡੀ ਕ੍ਰੀਏਟਸ ਹੈਪੀ ਸੋਲ। ਨਾ ਦਿਸ ਥਿੰਗ ਵੋਟ ਯੂ ਹੈਵ ਸੈਡ, ਯੂ ਨੋ, ਪੋਜ਼ਿਟਿਵਿਟੀ ਦੀ ਜੇ ਤੁਸੀਂ ਗੱਲ ਕਰਨੀ ਆ, ਇਹ ਸਦੀਆਂ ਤੋਂ ਚੱਲਦਾ ਆ ਰਿਹਾ ਸਮਾਂ ਜਦੋਂ ਕਿ ਕਿਹਾ ਜਾਂਦਾ ਸੀ ਕਿ ਜੇ ਹਰ ਇੱਕ ਚੀਜ਼ ਨੂੰ ਤੁਸੀਂ, ਤੁਹਾਡਾ ਨਜ਼ਰੀਆ ਜਿਹੜਾ ਨੇ ਜੀ ਉਹ ਠੀਕ ਹੋਣਾ ਚਾਹੀਦਾ, ਪੋਜ਼ਿਟਿਵ ਹੋਣਾ ਚਾਹੀਦਾ। ਹੁਣ ਉਹ ਪੋਜ਼ਿਟਿਵਿਟੀ ਮਾਇੰਡ ਦੇ ਵਿੱਚ ਜਿਹੜੀ ਹੈਗੀ ਹੈ ਉਹਦਾ ਕੀ ਇੰਪੈਕਟ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੰਟਰਕਨੈਕਟਿਵਿਟੀ ਹੈਗੀ ਹੈ। ਹੁਣ ਮੈਂ ਇੱਕ ਹੈਪੀ ਥੋਟ ਜੇ ਸੋਚ ਰਿਹਾ, ਠੀਕ ਹੈ ਜੀ, ਮੈਂ ਕੰਮ ਕਰ ਰਿਹਾ, ਕਈ ਹੁੰਦੇ ਨੇ ਲੋਕ ਜਿਹੜੇ ਸਿਰਫ ਇਹੀ ਦੇਖਦੇ ਨੇ 9 to 5 ਤੱਕ ਸਿਰਫ ਕਹਿੰਦੇ ਨੇ ਕੰਮ ਕਰਨਾ ਚਾਹੀਦਾ, ਠੀਕ ਹੈ ਜੀ, ਉਹ ਫਿਰ ਛੁੱਟੀਆਂ ਮੰਨਦੇ ਨੇ ਜਾਂ ਮਤਲਬ ਇੱਕ ਰਸਤਾ ਲੱਭਦੇ ਨੇ ਬਾਹਰ ਨਿਕਲਣ ਦਾ। ਲੇਕਿਨ ਦੂਸਰੇ ਪਾਸੇ ਹੈਗਾ ਇੱਕ ਬੰਦਾ ਜਿਹੜਾ ਉਹ ਮਿਹਨਤ ਕਰ ਰਿਹਾ ਪੂਰੀ ਹਰ ਪੂਰੇ ਜਦੋ ਜਹਿਦ ਕਰਕੇ, ਉਹ ਕਹਿੰਦਾ ਕਿ ਮੈਂ ਜਿੰਨਾ ਕੰਮ ਕਰ ਸਕਣਾ ਕਰ ਲਵਾਂ। ਹੁਣ ਦੋ ਬੰਦੇ ਹੈਗੇ ਨੇ, ਦੋਨਾਂ ਦੀ ਆਪਣੀ ਆਪਣੀ ਸੋਚ ਹੈਗੀ ਹੈ। ਹੁਣ ਇਹਨੂੰ ਮੇਰੇ ਵਾਸਤੇ ਇਹ ਪੋਜ਼ਿਟਿਵ ਹੈ ਕਿ ਮੈਂ ਹੋਰ ਕਰ ਰਿਹਾ, ਦੂਸਰਾ ਜਿਹੜਾ ਉਹਦੇ ਵਾਸਤੇ ਉਹ ਪੋਜ਼ਿਟਿਵ ਹੈ ਕਿ ਉਸ ਅਪਰੋਚ ਦੇ ਵਿੱਚ ਉਹ ਕੰਮ ਕਰ ਰਿਹਾ। ਹੁਣ ਇਹ ਤਾਂ ਪੋਜ਼ਿਟਿਵਿਟੀ ਤਾਂ ਨੈਗੇਟਿਵਿਟੀ ਕੀ, ਇਹ ਸਬਜੈਕਟਿਵ ਹੈ ਰੈਲੇਟਿਵ ਹੈ, ਇਹਨੂੰ ਤੁਸੀਂ ਕਿਵੇਂ ਡਿਸਕ੍ਰਾਈਬ ਕਰਦੇ ਜੀ? ਇਹ ਸਬਜੈਕਟਿਵ ਰੈਲੇਟਿਵ ਦੋਨੋਂ ਹੀ ਹੈਗੀਆਂ ਨੇ। ਸਾਡਾ ਇੱਕ ਬਹੁਤ ਹੀ ਘਟੀਆ ਇੱਕ ਮਾਨਸਿਕ ਸਤਰ ਜਾਂ ਇੱਕ ਸਾਡੀ ਸੋਚ ਬਣ ਚੁੱਕੀ ਹੈ ਕਿ ਵੀ ਆਲਵੇਜ਼ ਕੰਪਲੇਨ, ਵੀ ਡੋਂਟ ਲਰਨ ਟੂ ਬੀ ਗ੍ਰੇਟਫੁਲ। ਸਿਰਫ ਸਾਡਾ ਵੇਖਣ ਦਾ ਨਜ਼ਰੀਆ ਡਿਫਰੈਂਟ ਹੁੰਦਾ ਹੈ। ਸੋ ਆਈ ਸੁਜੈਸਟ ਦੈਟ ਇਫ ਯੂ ਵਾਂਟ ਟੂ ਲੀਡ ਅ ਹੈਪੀ ਲਾਈਫ, ਕੰਪਲੇਂਟ ਲੈਸ, ਬੀ ਮੋਰ ਗ੍ਰੇਟਫੁਲ। ਸਪੋਜ਼ਿਡਲੀ ਮੈਨੂੰ ਕੁਕਿੰਗ ਨਹੀਂ ਪਸੰਦ, ਠੀਕ ਹੈ, ਅਤੇ ਮੈਂ ਕੁਕਿੰਗ ਕਰਕੇ ਥੱਕ ਜਾਂਦੀ ਹਾਂ। ਸੋ ਆਈ ਐਮ ਆਲਵੇਜ਼ ਕੰਪਲੇਨਿੰਗ, ਰੋਟੀ ਬਣਾਉਣੀ ਪੈਂਦੀ ਹੈ, ਆਈ ਡੋਂਟ ਲਾਈਕ ਇਟ, ਮੈਂ ਥੱਕ ਗਈ, ਮੈਂ ਕੰਮ ਵੀ ਕਰਨਾ ਹੈ ਨਾ। ਉਹ ਨਜ਼ਰੀਆ ਇੱਕ ਹੈ ਵੇਖਣ ਦਾ, ਠੀਕ ਹੈ, ਮੈਂ ਆਪਣੇ ਮਾਇੰਡ 'ਚ ਇੰਨੇ ਸਾਰੇ ਨੈਗੇਟਿਵ ਥੋਟਸ ਕ੍ਰੀਏਟ ਕਰ ਲਏ ਜੋ ਕਿ ਨੈਗੇਟਿਵ ਥੋਟਸ, ਐਜ਼ ਆਈ ਸੈਡ, ਨੈਗੇਟਿਵ ਬਾਇਓਕੈਮਿਸਟਰੀ ਕ੍ਰੀਏਟ ਕਰਨਗੇ ਅਤੇ ਸਾਨੂੰ ਬਿਮਾਰ ਕਰਨਗੇ। ਹੁਣ ਇੱਕ ਨਜ਼ਰੀਆ ਵੇਖਣ ਦਾ ਹੈ ਕਿ ਹੂਮ ਐਮ ਆਈ ਕੁਕਿੰਗ ਫੋਰ, ਕਿ ਆਈ ਕੈਨ ਬੀ ਗ੍ਰੇਟਫੁਲ, ਮੈਂ ਈਸ਼ਵਰ ਦੀ ਸ਼ੁਕਰ ਗੁਜ਼ਾਰ ਹਾਂ ਕਿ ਮੇਰੇ ਕੋਲ ਇੱਕ ਫੈਮਿਲੀ ਹੈਗੀ ਹੈ ਜਿਹਦੇ ਲਈ ਮੈਂ ਕੁਕਿੰਗ ਕਰਦੀ ਪਈ ਹਾਂ। ਆਈ ਐਮ ਥੈਂਕਫੁਲ ਟੂ ਗੋਡ ਕਿ ਮੈਂ ਦੋ ਵਕਤ ਦੀ ਰੋਟੀ ਇੱਜ਼ਤ ਨਾਲ ਖਾ ਸਕਦੀ ਹਾਂ ਅਤੇ ਮੈਂ ਬਣਾਉਂਦੀ ਪਈ ਹਾਂ। ਨਾਓ ਇਟ ਇਜ਼ ਦ ਸੇਮ, ਦ ਪ੍ਰੋਸੈਸ ਇਜ਼ ਦ ਸੇਮ, ਦ ਸਿਚੁਏਸ਼ਨ ਇਜ਼ ਦ ਸੇਮ, ਦ ਮਾਇੰਡ ਸੈਟ ਇਜ਼ ਡਿਫਰੈਂਟ। ਆਈ ਥਿੰਕ ਇਹ ਸਾਰਾ ਸਾਡੇ ਮਾਇੰਡ ਸੈਟ 'ਤੇ ਡਿਪੈਂਡ ਕਰਦਾ ਹੈ। ਸਿਮਿਲਰਲੀ ਕੋਈ ਕਹਿੰਦਾ ਜੀ ਆਈ ਡੋਂਟ ਲਾਈਕ ਟੂ ਡਰਾਈਵ ਇਨ ਟ੍ਰੈਫਿਕ, ਮੈਂ ਥੱਕ ਜਾਂਦਾ, ਟ੍ਰੈਫਿਕ ਇੰਨੀ ਜ਼ਿਆਦਾ ਹੈ, ਐਂਡ ਮਾਈ ਟਾਈਮ ਗੈਟਸ ਵੇਸਟਡ, ਮਾਈ ਬੋਡੀ ਗੈਟਸ ਹੈਵੀ, ਮੈਨੂੰ ਇਰੀਟੇਸ਼ਨ ਹੋ ਜਾਂਦੀ ਹੈ, ਅਤੇ ਮੈਂ ਆਈ ਹੈਵ ਟੂ ਗੋ ਟੂ ਵਰਕ, ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈਗੀ, ਆਈ ਹੈਵ ਟੂ ਡਰਾਈਵ। ਜੇ ਤੁਸੀਂ ਇਹਨੂੰ ਪੋਜ਼ਿਟਿਵ ਨਜ਼ਰੀਏ ਨਾਲ ਵੇਖੋ, ਆਈ ਵੁੱਡ ਸੇ ਆਈ ਐਮ ਥੈਂਕਫੁਲ ਟੂ ਗੋਡ ਦੈਟ ਆਈ ਹੈਵ ਅ ਆਫਿਸ ਵੇਅਰ ਆਈ ਹੈਵ ਟੂ ਗੋ, ਆਈ ਹੈਵ ਟੂ ਡਰਾਈਵ ਦੋ ਈਵਨ ਦੋ ਥਰੂ ਟ੍ਰੈਫਿਕ, ਯੂ ਨੋ। ਸੋ ਮਾਇੰਡ ਸੈਟ ਦਾ ਡਿਫਰੈਂਸ ਹੈ, ਸੋ ਉਹ ਚੇਂਜ ਕਰਨ ਦੀ ਲੋੜ ਹੈ। ਬਿਲਕੁਲ ਰਾਈਟ, ਐਜ਼ ਆਈ ਸੈਡ, ਵੀ ਨੀਡ ਟੂ ਕੰਪਲੇਨ ਲੈਸ ਰਾਈਟ ਐਂਡ ਲਰਨ ਟੂ ਬੀ ਗ੍ਰੇਟਫੁਲ। ਸੋ ਆਟੋਮੈਟਿਕਲੀ ਇਹ ਕੋਈ ਸਵਿਚ ਤਾਂ ਹੈ ਨਹੀਂ ਕਿ ਹੋ ਜਾਏਗਾ, ਲੇਕਿਨ ਉਹਦੇ ਵਾਸਤੇ ਤੁਹਾਨੂੰ ਬਾਰ ਬਾਰ ਪ੍ਰੈਕਟਿਸ ਕਰਨੀ ਪਏਗੀ, ਪ੍ਰੈਕਟਿਸ ਪਰਸੈਪਸ਼ਨ, ਜਿਹੜੀ ਤੁਹਾਡੀ ਤੇ ਸਿਚੁਏਸ਼ਨ ਹੈਗੀ ਹੈ ਉਹ ਕਿਵੇਂ ਤੁਸੀਂ ਪਰਸੀਵ ਕਰਦੇ ਹੋ ਤੇ ਕਿਵੇਂ ਰਿਐਕਟ ਕਰਦੇ ਹੋ ਉਹ ਤੇ ਚੇਂਜ ਲੈਣਾ ਜੀ। ਰਾਈਟ, ਅੱਛਾ, ਤੁਸੀਂ ਡਿਜ਼ੀਜ਼ ਦੀ ਜਿਹੜੀ ਗੱਲ ਕੀਤੀ ਸੀ ਕਿ ਬਿਮਾਰੀ ਜਿਹੜੀ ਹੈਗੀ ਇਹ ਕਿਉਂ ਲੱਗਦੀ ਹੈਗੀ, ਕਿਉਂਕਿ ਆਮ ਤੌਰ ਦੇ ਉੱਤੇ ਸਰੀਰ ਨੂੰ ਹੀ ਆਫਕੋਰਸ ਬਿਮਾਰੀ ਲੱਗਦੀ, ਪਰ ਅੱਜ ਤੇ ਮਾਨਸਿਕ ਬਿਮਾਰੀ ਜਿਹੜੀ ਉਹ ਵੀ ਕਾਫੀ ਲੱਗਣੀ ਸ਼ੁਰੂ ਹੋ ਚੁੱਕੀ ਹੈਗੀ ਹੈ। ਸੋ ਇਸ ਮੁੱਖ ਤੇ ਇਸ ਨੂੰ ਮੁੱਖ ਰੱਖ ਕੇ ਤੁਸੀਂ ਕੀ ਸਮਝਦੇ ਹੋ ਇਹਦੇ ਬਾਰੇ ਅਸੀਂ ਗੱਲ ਕਰਨੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ। ਵੈਨਕੂਵਰ ਵਿੱਚ ਮਰੀਨ ਡਰਾਈਵ ਤੇ ਸਥਿਤ ਰੀਅਲ ਕੈਨੇਡੀਅਨ ਸੁਪਰ ਸਟੋਰ ਉਹ ਵਨ ਸਟਾਪ ਖਰੀਦਦਾਰੀ ਦਾ ਹੱਲ ਹੈ ਜਿੱਥੇ ਤੁਹਾਨੂੰ ਵੈਰਾਈਟੀ, ਵੈਲਿਊ ਤੇ ਹਰ ਕਿਸਮ ਦੀਆਂ ਸਾਊਥ ਏਸ਼ੀਅਨ ਸਪੈਸ਼ਲਿਟੀਜ਼ ਵਾਜਿਬ ਕੀਮਤਾਂ ਤੇ ਮਿਲਦੀਆਂ ਹਨ। ਸਾਫ਼ ਸੁਥਰੀਆਂ, ਹਾਈ ਕੁਆਲਿਟੀ ਤਾਜ਼ੀ ਸਬਜ਼ੀਆਂ, ਫਲ, ਬੇਕਰੀ, ਡੇਅਰੀ, ਰੈਗੂਲਰ ਤੇ ਭਾਰਤੀ ਗ੍ਰੋਸਰੀ ਇੱਥੇ ਉਪਲਬਧ ਹੈ। ਆਓ ਤੇ ਆ ਕੇ ਇੱਕੋ ਥਾਂ ਤੋਂ ਘਰ ਦੀ ਲੋੜ ਦੀ ਹਰੇਕ ਚੀਜ਼ ਲੈ ਜਾਓ।
ਹੋਰ ਜਾਣਕਾਰੀ ਲਈ ਕਾਲ ਕਰੋ 604-322-3727. We cater to all your ethnic needs. Thank you for shopping at Superstore on Marine Drive. ਬਿਮਾਰੀ ਲੱਗਣ ਦੇ ਕੀ ਕਾਰਨ ਹਨ ਅਤੇ ਮਾਇੰਡ ਬਾਡੀ ਸੋਲ ਦਾ ਕੀ ਕੋਨਸੈਪਟ ਹੈ, ਇਸ ਵਿਸ਼ੇ ਉੱਤੇ ਗੱਲਬਾਤ ਕਰ ਰਹੇ ਹਾਂ ਅਤੇ ਇਸ ਸੀਰੀਜ਼ ਦੇ ਵਿੱਚ ਆਓ ਅੱਗੇ ਹੋਰ ਇਨਫੋਰਮੇਸ਼ਨ ਲੈਂਦੇ ਹਾਂ ਕਿ ਬਿਮਾਰੀ ਲੱਗਣ ਦੇ ਕੀ ਕਾਰਨ ਹੁੰਦੇ ਨੇ ਅਤੇ ਕਿਵੇਂ ਅਸੀਂ ਇਸਦਾ ਕੋਈ ਉਪਚਾਰ ਜੋ ਹੈ ਉਹ ਲੱਭ ਸਕਦੇ ਹਾਂ. ਸਵਾਗਤ ਕਰਦੇ ਇੱਕ ਵਾਰ ਫਿਰ ਨੋਨਾ ਖੰਨਾ ਦਾ. ਜੀ ਨੋਨਾ ਜੀ, ਸੋ ਬ੍ਰੇਕ ਤੋਂ ਪਹਿਲਾਂ ਜੋ ਤੁਸੀਂ ਦੱਸ ਰਹੇ ਸੀ ਬਿਮਾਰੀ ਲੱਗਣ ਦਾ ਫਿਰ ਕਾਰਨ ਕੀ ਹੁੰਦਾ ਜੀ? ਸਭ ਤੋਂ ਪਹਿਲਾਂ ਤਾਂ ਬਿਮਾਰੀ ਹੈ ਕੀ, ਵਾਈ ਡਜ਼ ਇਟ ਅਕਰ? ਜਦੋਂ ਸਾਡੀ ਮਾਇੰਡ ਬਾਡੀ ਅਤੇ ਸੋਲ ਵਿੱਚ ਇਮਬੈਲੈਂਸ ਕ੍ਰੀਏਟ ਹੋ ਜਾਂਦਾ ਹੈ, ਜਿੱਦਾਂ ਕਿ ਅਸੀਂ ਗੱਲ ਕਰਦੇ ਪਏ ਸੀ ਕਿ ਆਲ ਦੀਜ਼ ਥ੍ਰੀ ਆਰ ਡਿਪੈਂਡੈਂਟ ਔਨ ਈਚ ਅਦਰ, ਅਤੇ ਇਫ ਆਰ ਮਾਇੰਡ ਇਜ਼ ਪਰਫੈਕਟ ਅਤੇ ਬਾਡੀ ਜਾਂ ਸੋਲ ਠੀਕ ਨਹੀਂ ਹੈਗੇ ਅਤੇ ਮਾਇੰਡ ਸਫਰ ਕਰੇਗਾ. ਬਾਡੀ ਠੀਕ ਨਹੀਂ ਅਤੇ ਸੋਲ ਅਤੇ ਮਾਇੰਡ ਸਫਰ ਕਰੇਗਾ. ਸਿਮਿਲਰਲੀ ਇਹ ਤਿੰਨੋਂ ਜਿਹੜੀਆਂ ਚੀਜ਼ਾਂ ਨੇ ਦੇ ਆਰ ਡਿਪੈਂਡੈਂਟ ਔਨ ਈਚ ਅਦਰ. ਜੇ ਇੱਕ ਖਰਾਬ ਹੈ, ਰੈਸਟ ਟੂ ਵਿਲ ਸਫਰ. ਅਤੇ ਹੁਣ ਜੇ ਅਸੀਂ ਗੱਲ ਕਰੀਏ ਫਿਜ਼ੀਕਲ ਪ੍ਰੋਬਲਮਸ ਦੀ ਜਾਂ ਮਾਇੰਡ ਦੀ, ਜੇ ਸਾਡੇ ਮਾਇੰਡ ਵਿੱਚ ਜ਼ਿਆਦਾ ਨੈਗੇਟਿਵ ਥੋਟਸ ਨੇ, ਜੇ ਸਾਡੇ ਮਾਇੰਡ ਵਿੱਚ ਜੈਲਸੀ, ਗਰੀਡ, ਹੇਟਰੇਡ ਇਹ ਥੋਟਸ ਕ੍ਰੀਏਟ ਹੁੰਦੇ ਨੇ, ਤਾਂ ਉਹ ਸਾਰੀਆਂ ਫੀਲਿੰਗਸ ਦਾ ਸਾਡੀ ਬਾਡੀ ਦੇ ਉੱਤੇ ਨੈਗੇਟਿਵ ਇੰਪੈਕਟ ਹੁੰਦਾ ਹੈ. ਸਿਮਿਲਰਲੀ ਜੇ ਅਸੀਂ ਇਮੋਸ਼ਨਲ ਪ੍ਰੋਬਲਮਸ ਦੀ ਗੱਲ ਕਰੀਏ, ਐਂਗਜ਼ਾਇਟੀ, ਨਰਵਸਨੈਸ, ਜਿੱਦਾਂ ਕਿ ਦੇ ਆਰ ਆਲ ਰਿਲੇਟਡ ਟੂ ਆਰ ਹਾਰਟ, ਜੇ ਉੱਥੇ ਕੋਈ ਇੰਬੈਲੈਂਸ ਹੈਗਾ, ਦੈਨ ਦੀਸ ਥਿੰਗਸ ਵਿਲ ਕ੍ਰੀਏਟ ਅ ਨੈਗੇਟਿਵ ਇੰਪੈਕਟ ਔਨ ਅ ਬਾਡੀ ਅਗੇਨ. ਇਫ ਯੂ ਟਾਕ ਅਬਾਊਟ ਸਪਿਰਿਚੁਅਲ ਪ੍ਰੋਬਲਮਸ, ਜੇ ਅਸੀਂ ਸਪਿਰਿਚੁਅਲੀ ਐਕਟਿਵ ਹਾਂ, ਵੀ ਫੀਲ ਮੋਰ ਪੀਸਫੁਲ, ਵੀ ਫੀਲ ਮੋਰ ਹੈਪੀ. ਇਫ ਯੂ ਆਰ ਟਾਕਿੰਗ ਅਬਾਊਟ ਸੋਲ, ਇਫ ਯੂ ਆਰ ਸਪਿਰਿਚੁਅਲੀ ਡਾਊਨ, ਆਰ ਸੋਲ ਵਿਲ ਫੀਲ ਹੈਵੀ, ਵਿਲ ਨੋਟ ਬੀ ਪੀਸਫੁਲ, ਵਿਲ ਨੋਟ ਬੀ ਹੈਪੀ. ਸੋ ਤਿੰਨਾਂ ਨੂੰ ਬੈਲੈਂਸ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ. ਜੇ ਕਿਤੇ ਵੀ ਐਨਰਜੀ ਦਾ ਜਾਂ ਮਾਇੰਡ ਬਾਡੀ ਸੋਲ ਦਾ ਇੰਬੈਲੈਂਸ ਹੋ ਗਿਆ, ਤਾਂ ਜਿਹੜੀ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ, ਦੈਟ ਇਜ਼ ਕਾਲਡ ਅ ਡਿਜ਼ੀਜ਼. ਓਕੇ. ਸੋ ਜੇ ਇਹ ਇੰਬੈਲੈਂਸ ਵਾਂਸ ਇਟ ਸਟਾਰਟਸ ਹੈਪਨਿੰਗ, ਤਾਂ ਉਹ ਇਕੱਠੇ ਹੋ ਕੇ ਇਟ ਗੈਟਸ ਇਨ ਟੂ ਅ ਕੰਪਲੀਕੇਟਿਡ ਸਿਚੁਏਸ਼ਨ, ਜਿਵੇਂ ਕਿ ਸਾਡੀ ਬਾਡੀ ਦੇ ਆਸ ਪਾਸ ਇੱਕ ਮੱਕੜੀ ਦਾ ਜਾਲਾ ਜਾਂ ਵੈਬ ਬਣ ਜਾਂਦਾ ਹੈ, ਅਤੇ ਵੀ ਫਾਈਂਡ ਇਟ ਵੈਰੀ ਟਫ ਟੂ ਗੈਟ ਆਊਟ ਆਫ ਇਟ. ਰਾਈਟ. ਸੋ ਬੇਸਿਕਲੀ ਇਹੀ ਹੈ ਕਿ ਇਮਬੈਲੈਂਸ ਜਿਹੜਾ ਹੈਗਾ, ਜਦੋਂ ਤੁਹਾਡਾ ਮਾਨਸਿਕ ਲੈਵਲ ਦੇ ਉੱਤੇ, ਆਤਮਕ ਲੈਵਲ ਦੇ ਉੱਤੇ ਜਾਂ ਸਰੀਰਕ ਲੈਵਲ 'ਤੇ ਹੁੰਦਾ, ਤਾਂ ਉਸ ਨਾਲ ਇਹ ਬਿਮਾਰੀ ਲੱਗਣੀ ਸ਼ੁਰੂ ਹੋ ਜਾਂਦੀ. ਹੁਣ ਅਗੇਨ ਇਹ ਬਿਮਾਰੀਆਂ ਜਿਹੜੀਆਂ ਨੇ ਅੱਜ ਤਾਂ ਭਰਮਾਰ ਹੈ ਬਿਮਾਰੀਆਂ ਦੀ, ਇਸਦਾ ਮਤਲਬ ਕਿ ਅਸੀਂ ਮਾਨਸਿਕ ਤੌਰ 'ਤੇ ਵੀ ਜਿਹੜਾ ਹੈਗਾ ਉੱਥੋਂ ਗੱਲ ਸ਼ੁਰੂ ਹੋਈ ਅਤੇ ਉਹ ਫੋਲੋ ਕਰਦੇ ਕਰਦੇ, ਕਿਉਂਕਿ ਅਸੀਂ ਉਸਨੂੰ ਕਿਓਰ ਨਹੀਂ ਕੀਤਾ, ਤਾਂ ਜਾ ਕੇ ਸਾਡੇ ਸਰੀਰ ਵਿੱਚੋਂ ਜਾ ਕੇ ਰਿਫਲੈਕਟ ਹੋ ਗਏ ਜੀ. ਓਕੇ. ਕਿਸ ਤਰ੍ਹਾਂ ਕੋਈ ਹੈਗੇ ਨੇ ਯੂ ਨੋ ਮੀਨਸ ਬਾਏ ਵਿੱਚ ਵੀ ਕੈਨ ਕਿਓਰ ਦੀਜ਼ ਡਿਜ਼ੀਜ਼, ਕੋਈ ਕੀ ਕਿਉਂਕਿ ਅਸੀਂ ਦਵਾਈ ਤਾਂ ਖਾ ਕੇ ਠੀਕ ਕਰ ਲਈ ਕੁਛ ਦੇਰ ਲਈ, ਦਰਦ ਸਿਰ ਦਰਦ ਹੋ ਰਹੀ ਕੁਛ ਕਰ ਲਈ, ਪਰ ਉਹਦੇ ਪਿੱਛੇ ਕੀ ਹੈ ਉਹ ਅਸੀਂ ਸ਼ਾਇਦ ਨਹੀਂ ਕਰ ਸਕੇ ਠੀਕ. ਸੋ ਉਹ ਵੱਧਦਾ ਤੁਹਾਡਾ ਕਹਿਣਾ ਕਿ ਉਹ ਹੋਰ ਬਿਮਾਰੀਆਂ ਦਾ ਰੂਪ ਅਖਤਿਆਰ ਕਰ ਜਾਂਦਾ ਹੈ. ਸੋ ਕਿਵੇਂ ਕਿਓਰ ਕੀਤੇ ਜਾ ਸਕਦੇ ਨੇ ਜੀ? ਹਰਪ੍ਰੀਤ ਜੀ, ਬਹੁਤ ਸਿੰਪਲ ਸਟੈਪਸ ਨੇ ਵਿੱਚ ਵੀ ਨੀਡ ਟੂ ਫੋਲੋ ਇਨ ਆਰ ਡੇਲੀ ਲਾਈਫ ਜੀ. ਇਫ ਵੀ ਇਲੈਬੋਰੇਟ ਤੇ ਵੀ ਕੈਨ ਰਾਈਟ ਬੁੱਕਸ ਔਨ ਇਟ, ਰਾਈਟ? ਬਿਕਾਜ਼ ਐਵਰੀਡੇ ਲਿਵਿੰਗ, ਪੋਜ਼ਿਟਿਵ ਲਿਵਿੰਗ ਇਜ਼ ਆਲ ਇਟ ਇਜ਼ ਆਲ ਅਬਾਊਟ. ਐਸ ਯੂ ਮੈਂਸ਼ਨਡ ਬਿਫੋਰ, ਯਾ, ਐਸ ਆਈ ਮੈਂਸ਼ਨਡ ਬਿਫੋਰ, ਕੰਪਲੇਨਲੈਸ, ਲਰਨ ਟੂ ਬੀ ਗ੍ਰੇਟਫੁਲ, ਰਾਈਟ? ਇਹ ਬੜਾ ਹੀ ਸਟਰੋਂਗ ਪੁਆਇੰਟ ਹੈ. ਸਿਮਿਲਰਲੀ ਮੇਕ ਯੋਰ ਲਾਈਫ ਸਿੰਪਲ. ਅਸੀਂ ਅੱਜ ਦੇ ਦੌਰ ਵਿੱਚ ਆਪਣੀ ਲਾਈਫ ਇੰਨੀ ਕੰਪਲੀਕੇਟਿਡ ਕਰ ਲਈ ਹੈ ਕਿ ਅਸੀਂ ਛੋਟੀ ਛੋਟੀ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਕਿ ਸਾਨੂੰ ਖੁਸ਼ੀ ਦਿੰਦੀਆਂ ਨੇ, ਅਸੀਂ ਉਹਨਾਂ ਤੋਂ ਦੂਰ ਹੋ ਗਏ ਹਾਂ. ਅਤੇ ਜਿੰਨਾ ਤੁਸੀਂ ਆਪਣੀ ਜ਼ਿੰਦਗੀ ਨੂੰ ਸਿੰਪਲ, ਸਾਦਾ ਰੱਖੋਗੇ, ਸਾਡੇ ਆਲੇ ਦੁਆਲੇ ਦਾ ਮਾਹੌਲ ਓਨਾ ਹੀ ਸਿੰਪਲ, ਓਨਾ ਹੀ ਲਾਈਟ, ਅਤੇ ਓਨਾ ਹੀ ਪੋਜ਼ਿਟਿਵ ਹੋ ਜਾਏਗਾ. ਹਮੇਸ਼ਾ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਐਵਰੀ ਥੋਟ ਦੈਟ ਵੀ ਥਿੰਕ ਇਜ਼ ਕ੍ਰੀਏਟਿੰਗ ਅਰ ਫਿਊਚਰ. ਠੀਕ ਹੈ? ਜੇ ਅਸੀਂ ਸਾਡਾ ਹਰ ਕੋਈ ਵਿਚਾਰ, ਈਵਨ ਪ੍ਰੈਜ਼ੈਂਟ, ਵਟ ਐਵਰ ਵੀ ਆਰ ਥਿੰਕਿੰਗ, ਸਾਡੇ ਭਵਿੱਖ ਨੂੰ ਡਿਸਾਈਡ ਕਰਦਾ ਹੈ. ਜੇ ਅਸੀਂ ਯੂਨੀਵਰਸ ਨੂੰ ਜੋ ਵੀ ਭੇਜਾਂਗੇ, ਦੈਟ ਵਿਲ ਕਮ ਬੈਕ ਟੂ ਅਸ. ਅਸੀਂ ਆਪਣੀ ਲਾਈਫ ਕੰਪਲੀਕੇਟ ਕਰ ਲਈ, ਕੰਪਲੀਕੇਸ਼ਨਸ ਜ਼ਿਆਦਾ ਅਟਰੈਕਟ ਹੋਣਗੀਆਂ. ਜੇ ਅਸੀਂ ਖੁਸ਼ੀ ਭੇਜਾਂਗੇ, ਖੁਸ਼ੀ ਮਿਲੇਗੀ, ਦੁੱਖ ਭੇਜਾਂਗੇ, ਦੁੱਖ ਮਿਲਣਗੇ. ਸੋ ਵੀ ਹੈਵ ਟੂ ਰਿਅਲਾਈਜ਼ ਦੈਟ ਵੀ ਆਰ ਦਾ ਕ੍ਰੀਏਟਰ ਆਫ ਅਰ ਫਿਊਚਰ, ਰਾਈਟ? ਵੀ ਆਰ ਦਾ ਕ੍ਰੀਏਟਰ ਆਫ ਅਰ ਓਨ ਲਾਈਫ. ਯੈਸ, ਐਵਰੀ ਥੋਟ ਦੈਟ ਵੀ ਥਿੰਕ, ਦੈਟ ਉਹ ਥੋਟ ਸਾਡੇ ਕਰਮਾਂ ਨੂੰ ਇਫੈਕਟ ਕਰਦਾ ਹੈ, ਸਾਡੇ ਥੋਟ ਪ੍ਰੋਸੈਸ ਨੂੰ, ਸਾਡੇ ਫਿਊਚਰ ਨੂੰ, ਸਾਡੀ ਖੁਸ਼ੀਆਂ ਨੂੰ. ਸੋ ਵੀ ਹੈਵ ਟੂ ਮੇਕ ਅਰ ਲਾਈਫ ਵੈਰੀ ਸਿੰਪਲ. ਇਹ ਤਾਂ ਬੜੀ ਸਿੰਪਲ ਚੀਜ਼ਾਂ ਨੇ ਜੀ, ਬਟ ਅਗੇਨ ਉਹ ਜਿਸ ਤਰ੍ਹਾਂ ਕਹਿੰਦੇ ਜੀ, ਕਾਮਨ ਸੈਂਸ ਇਜ਼ ਨੋਟ ਸੋ ਕਾਮਨ, ਉਹੀ ਵਾਲੀ ਗੱਲ ਹੈਗੀ. ਇਹ ਲੱਗਦੀਆਂ ਸਿੰਪਲ ਨੇ, ਬਟ ਇਟਸ ਵੈਰੀ ਡਿਫੀਕਲਟ ਟੂ ਪ੍ਰੈਕਟਿਸ. ਪਰ ਜਿਉਂ ਜਿਉਂ ਅਸੀਂ ਇਸ 'ਤੇ ਤੁਰਨਾ ਸ਼ੁਰੂ ਕਰਾਂਗੇ, ਤਾਂ ਓਨਾ ਹੀ ਸਾਡਾ ਮਾਨਸਿਕ ਤਲ ਦੇ ਉੱਤੇ ਅਤੇ ਸਰੀਰਕ ਤਲ 'ਤੇ ਸਾਨੂੰ ਬੈਟਰਮੈਂਟ ਹੋਏ ਜੀ. ਇੱਕ ਹੋਰ ਗੱਲ ਹੈ, ਅਸੀਂ ਵੀ ਆਰ ਆਲਵੇਜ਼ ਕਲਿੰਗਿੰਗ ਟੂ ਆਰ ਪਾਸਟ. ਸੋ ਆਈ ਆਲਵੇਜ਼ ਸੇ ਕਿ ਲੈਟ ਗੋ ਆਫ ਯੋਰ ਪਾਸਟ, ਰਿਲੀਜ਼. ਬਾਈ ਰਿਲੀਜ਼ਿੰਗ ਆਈ ਮੀਨ ਕਿ ਅਸੀਂ ਆਪਣੇ ਪਾਸਟ ਵਿੱਚ ਹੀ ਜਿੰਦੇ ਰਹਿੰਦੇ ਹਾਂ ਹਮੇਸ਼ਾ, ਜਾਂ ਸਾਨੂੰ ਪਾਸਟ ਦੀ ਚਿੰਤਾ ਖਾਈ ਜਾਂਦੀ ਹੈ,
ਕੁਛ ਸੀਗਾ ਜਿਹੜਾ ਨਹੀਂ ਹੋਇਆ, ਮੈਂ ਕੁਛ ਕਰਨਾ ਚਾਹੁੰਦੀ ਸੀ ਜੋ ਮੈਂ ਨਹੀਂ ਕਰ ਸਕੀ, ਕਿਸੇ ਨੇ ਮੈਨੂੰ ਪਾਸਟ 'ਚ ਹਰਟ ਕੀਤਾ. ਵੀ ਕਲਿੰਗ ਔਨ ਟੂ ਦੋਜ਼ ਬਿਟਰ ਮੈਮਰੀਜ਼, ਵੀ ਡੋਂਟ ਰਿਲੀਜ਼ ਇਟ. ਸਿਮਿਲਰਲੀ ਵੀ ਆਰ ਵੈਰੀ ਬੋਦਰਡ ਅਬਾਊਟ ਅਰ ਫਿਊਚਰ, ਫਿਊਚਰ ਦੀ ਅਨਸਰਟਨਿਟੀ, ਅਨਸ਼ੋਰਿਟੀ. ਆਈ ਡੋਂਟ ਮੀਨ ਕਿ ਤੁਸੀਂ ਫਿਊਚਰ ਲਈ ਕੰਮ ਨਾ ਕਰੋ, ਰਹਿ ਜਾਓ, ਬਟ ਕੇਅਰਲੈਸ ਐਟੀਟਿਊਡ ਨਾ ਰੱਖੋ, ਬਟ ਫਿਊਚਰ ਵਿੱਚ ਜੀਓ ਨਾ. ਵੀ ਡੋਂਟ ਲਿਵ ਇਨ ਪ੍ਰੈਜੈਂਟ. ਅਤੇ ਜੇ ਅਸੀਂ ਅੱਜ ਵੀ ਰਿਅਲਾਈਜ਼ ਯੂ ਨੋ ਕਿ ਵੀ ਹੈਵ ਟੂ ਲਿਵ ਇਨ ਅ ਪ੍ਰੈਜੈਂਟ, ਐਵਰੀ ਮੂਮੈਂਟ ਇਜ਼ ਅ ਨਿਊ ਬਿਗਿਨਿੰਗ, ਐਵਰੀ ਮੂਮੈਂਟ ਵਿਲ ਗਿਵ ਅਸ ਹੈਪੀਨੈਸ, ਵੀ ਵਿਲ ਇੰਜੋਏ ਇਟ. ਅਨਦਰ ਵੈਰੀ ਇੰਪੋਰਟੈਂਟ ਥਿੰਗ ਇਜ਼ ਲਵ ਯੋਰ ਸੈਲਫ. ਅਸੀਂ ਸਾਰੀ ਜ਼ਿੰਦਗੀ ਸ਼ਾਇਦ ਪਿਆਰ ਦੀ ਖੋਜ 'ਚ ਭਟਕਦੇ ਰਹਿੰਦੇ ਹਾਂ. ਵੀ ਸਮਟਾਈਮ ਸੀਕ ਲਵ ਫਰੋਮ ਅਦਰਸ, ਅਸੀਂ ਦੂਜਿਆਂ ਨੂੰ ਪਿਆਰ ਵੀ ਕਰਦੇ ਹਾਂ, ਬਟ ਉਹ ਸਾਰੇ ਪ੍ਰੋਸੈਸ ਵਿੱਚ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ. ਇਫ ਯੂ ਸਟਾਰਟ ਲਵਿੰਗ ਆਰ ਸੈਲਫ, ਵੀ ਡੋਂਟ ਰਿਅਲਾਈਜ਼ ਕਿ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰਾਂਗੇ, ਵੀ ਵਿਲ ਨੋਟ ਰੇਡੀਏਟ ਲਵ, ਵੀ ਵਿਲ ਨੋਟ ਰੇਡੀਏਟ ਲਵ, ਵੀ ਵਿਲ ਨੋਟ ਅਟਰੈਕਟ ਲਵ. ਸੋ ਆਈ ਫੀਲ ਹੇਅਰ ਲੋਅ ਆਫ ਅਟਰੈਕਸ਼ਨ ਵਰਕਸ. ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ, ਆਪਣੇ ਲਈ ਥੋੜ੍ਹਾ ਟਾਈਮ ਕੱਢੋਗੇ, ਕੋਈ ਹੋਬੀ ਕਲਟੀਵੇਟ ਕਰੋਗੇ, ਯੂ ਵਿਲ ਡੂ ਵਾਟ ਮੇਕਸ ਯੂ ਹੈਪੀ. ਆਪਣੇ ਆਪ ਨੂੰ ਹਰਟ ਨਾ ਕਰੋ, ਵੀ ਆਰ ਹਿਊਮਨ, ਸਾਡੇ ਕੋਲੋਂ ਗਲਤੀਆਂ ਹੋ ਜਾਂਦੀਆਂ ਨੇ. ਫੋਰਗਿਵ ਯੋਰਸੈਲਫ ਐਂਡ ਮੂਵ ਅਹੈਡ. ਵੈਰੀ ਸਿੰਪਲ ਸਟੈਪਸ, ਬਟ ਇਹੀ ਚੀਜ਼ਾਂ ਜਿਹੜੀਆਂ ਨੇ ਸਾਨੂੰ, ਜਿਸ ਤਰ੍ਹਾਂ ਤੁਸੀਂ ਸ਼ੁਰੂ ਵਿੱਚ ਵੀ ਕਿਹਾ ਕਿ ਇਹਦਾ ਬੈਨੀਫਿਟ ਸਾਨੂੰ ਬਹੁਤ ਮਿਲਦਾ ਹੈਗਾ. ਗੱਲਾਂ ਤਾਂ ਹੋਰ ਵੀ ਬਹੁਤ ਕਰਨੀਆਂ, ਪਰ ਸਮਾਂ ਨਹੀਂ ਅੱਗੇ ਦੇ ਰਿਹਾ. ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਏ ਤਾਂ ਕਿੱਥੇ ਗੱਲਬਾਤ ਕਰ ਸਕਦੇ ਨੇ ਜੀ ਤੁਹਾਡੇ? ਜੀ, ਮੇਰਾ ਨੰਬਰ ਨੋਟ ਕਰ ਲਓ ਜੀ. ਮਾਈ ਇੰਡੀਆ ਨੰਬਰ ਇਜ਼ 9910252101. ਜੀ, I repeat, it is 9910252101. And my Canada number is 604-618-9390. And koi website bhi hai ji? Ji, meri website hai www.cosmicsouls.in. Bahut dhanyawad, thank you and best wishes. Thank you.